ਇਹ ਰੁਜੀ ਸ਼ੁਕਰਾਨਾ ਗੁਰੂ ਮਹਾਰਾਜ, ਸ਼ੁਕਰਾਨਾ ਵਿਆਖਿਆ ਦੀ ਸੇਵਾ ਬਖਸ਼ਣ ਦਾ ਅੰਗ ਸੰਗ ਰਹਿਣਾ ਅਤੇ ਵਿਆਖਿਆ ਕਰਵਾਉਣਾ ਗੁਰੂ ਮਹਾਰਾਜ। ਅੱਜ ਦਾ ਸ਼ਬਦ ਜਿਸ ਦੀ ਗੁਰੂ ਮਹਾਰਾਜ ਨੇ ਵਿਆਖਿਆ ਦੀ ਸੇਵਾ ਬਖਸ਼ੀ ਹੈ, ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1400 ਚੋਂ ਲਿਆ ਗਿਆ ਹੈ। ਸ਼ਬਦ ਹੈ ਅਬ ਰਾਖੋ ਦਾਸ ਭਾਟ ਕੀ ਲਾਜ। ਵਿਆਖਿਆ, ਹੇ ਸਤਿਗੁਰੂ ਮਹਾਰਾਜ, ਹੁਣ ਤੁਸੀਂ ਇਸ ਨਾਦਾਨ ਸੇਵਕ ਦਾਸ ਦੀ ਤੁਸੀਂ ਹੀ ਇੱਜ਼ਤ ਰੱਖਣੀ ਹੈ। ਜੈਸੀ ਰਾਖੀ ਲਾਜ ਭਗਤ ਪ੍ਰਹਾਦ ਕੀ ਹਰਨਾ ਖਸ ਫਾਰੇ ਕਰ ਆਜ। ਹੇ ਸਤਿਗੁਰੂ ਮਹਾਰਾਜ, ਜਿਵੇਂ ਤੁਸੀਂ ਭਗਤ ਪ੍ਰਹਾਦ ਦੀ ਇੱਜ਼ਤ ਰੱਖਣ ਆਏ ਸੋ, ਔਰ ਹਰਨਾਖਸ਼ ਤੋਂ ਉਹਨਾਂ ਦੇ ਹੱਥਾਂ ਦੇ ਨਾਲ ਤੁਸੀਂ ਨਾਖੂਨਾਂ ਨਾਲ ਮਾਰ ਦਿੱਤਾ ਸੀ, ਇਵੇਂ ਹੀ ਸਾਡੀ ਲਾਜ ਰੱਖਿਓ। ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤ੍ਰ ਦੀਨ ਬਹੁ ਸਾਜ। ਹੇ ਮੇਰੇ ਪ੍ਰਭੂ ਜੀ, ਦਰੋਪਦੀ ਨੇ ਤੁਹਾਨੂੰ ਆਪਣੀ ਇੱਜ਼ਤ ਬਚਾਉਣ ਲਈ ਬੁਲਾਇਆ ਅਤੇ ਤੁਸੀਂ ਹਾਜ਼ਰ ਹੋ ਗਏ। ਉਹਨਾਂ ਦੇ ਸਾਰੇ ਵਸਤਰ ਛੀਨੇ ਗਏ, ਪਰ ਤੁਸੀਂ ਉਹਨਾਂ ਦੀ ਇੱਜ਼ਤ ਅਤੇ ਮਾਣ ਬਖਸ਼ਿਆ। ਗੁਰੂ ਮਹਾਰਾਜ, ਇਵੇਂ ਹੀ ਸਭ ਦੀ ਇੱਜ਼ਤ ਰੱਖਣਾ। ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਹਤ ਪੂਰੇ ਲਿਹਤਗਾਜ। ਸਤਿਗੁਰੂ ਮਹਾਰਾਜ, ਸੁਦਾਮਾ ਨੂੰ ਤੁਸੀਂ ਬਿਪਤਾ ਤੋਂ ਬਚਾਇਆ, ਰਾਮ ਨਾਮ ਪੜ੍ਹਦੀ ਵੈਸ਼ਿਆ ਗਨਿਕਾ ਦੇ ਨਾਲ ਵੀ ਤੁਸੀਂ ਸਾਰੇ ਉਹਨਾਂ ਦੇ ਨਾਲ ਖਲੋ ਕੇ ਕੰਮ ਸਫਲ ਕੀਤੇ, ਕਿਉਂਕਿ ਉਹ ਪ੍ਰਭੂ ਚਰਨਾਂ ਨਾਲ ਜੁੜੀ ਸੀ, ਰਾਮ ਨਾਮ ਲੈਂਦੀ ਸੀ। ਸ਼੍ਰੀ ਸਤਿਗੁਰੂ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਹੇ ਸਤਿਗੁਰੂ ਮਹਾਰਾਜ, ਕਲਯੁਗ ਦੇ ਇਸ ਘੋਰ ਸਮੇਂ ਵਿੱਚ ਤੁਸੀਂ ਆਪਣਾ ਪਾਠ ਭਾਵ ਸੇਵਕ 'ਤੇ ਪ੍ਰਸੰਨ ਹੋ ਕੇ ਉਹਨਾਂ ਦੀ ਇੱਜ਼ਤ ਰੱਖਣਾ। ਅਬ ਰਾਖੋ ਦਾਸ ਭਾਟ ਕੀ ਲਾਜ। ਹੇ ਸਤਿਗੁਰੂ ਮਹਾਰਾਜ, ਇਸ ਨਾਦਾਨ ਸੇਵਕ ਦਾਸ ਦੀ ਹਮੇਸ਼ਾ ਇੱਜ਼ਤ ਰੱਖਿਓ, ਅੰਗ ਸੰਗ ਰਿਹੋ ਗੁਰੂ ਮਹਾਰਾਜ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸ਼ੁਕਰਾਨਾ ਮਾਲਿਕ, ਸ਼ੁਕਰਾਨਾ।